ਅੰਕਲ ਕਿਹੜਾ ਮਾਡਲ ਸਪਰੇ ਲਿਆਂਦੀ ਹੈ? ਇਹ ਜੱਗਾ ਹੀ ਲਿਆ ਜੀ। ਕਜੂਟੋ ਪਤਾ ਨੀ ਜੀ, ਦਵਾਈ ਵਧੀਆ, ਸਾਨੂੰ ਮੁੰਡੇ ਪਰ ਬਹੁਤ ਮਾਣ ਹੈ। ਕੰਪਨੀ ਕੋਈ ਮਾੜੀ ਨੀ ਹੈਗੀ। ਸਾਲਟ ਦੇਖੋ ਕਿੰਨੇ ਸਾਲਟ ਹੈ, 2 ਸਾਲਟ ਇਹਦੇ ਤੁਰਦਾ। ਵੀਡੀਓ ਚੱਲਦੀ ਨੀ ਸੀ ਬਾਈ ਚੰਗੀ ਤਰ੍ਹਾਂ, ਪਹਿਲਾਂ ਚੱਕਰ ਤੋੜਦਾ ਤਾਂ ਦੇਖੋ ਹੁਣ ਵੀਡੀਓ। ਇਹਦੀ ਚੜ੍ਹਦੀ ਟੇਢੀ ਚੜਾ ਆਏ ਨੂੰ, ਉਹ ਲਈ ਟੇਢੀ ਚੜਾ। ਸਿੱਧੂ ਔਖਾ ਹੋ ਗਿਆ, ਦਬਦੀ ਨੀ ਦੇਤਾ ਸੀ, ਮਿੱਟੀ ਮਾਰਦੀ ਘੱਟ ਘੱਟ। ਸਤਿ ਸ੍ਰੀ ਅਕਾਲ ਜੀ। ਅੰਕਲ ਕਿਹੜਾ ਮਾਡਲ ਸਪਰੇ ਲਿਆਂਦੀ ਹੈ? ਜੱਗਾ ਹੀ ਲਿਆ ਜੀ। ਕਜੂਟੋ ਪਤਾ ਨੀ ਜੀ, ਦਵਾਈ ਵਧੀਆ, ਸਾਨੂੰ ਮੁੰਡੇ ਪਰ ਬਹੁਤ ਮਾਣ ਹੈ। ਕੰਪਨੀ ਕੋਈ ਮਾੜੀ ਨੀ ਹੈਗੀ। ਸਾਲਟ ਦੇਖੋ ਕਿੰਨੇ ਸਾਲਟ ਹੈ, 2 ਸਾਲਟ ਆ। ਯਾ ਤੇਲਾ ਤਾਂ ਹੈ ਨੀ, ਤੁਸੀਂ ਉਹੀ ਸਪਰੇ ਕਰੀ ਜਾਂਦੇ। ਕੋਈ ਨੀ ਕੋਈ ਨੀ, ਕਿੱਥੇ ਸਾਲਟ ਦੋ ਕਜੂਟੋ। ਹਾਂ ਆ ਦੇਖ ਪੜ। ਹਾਂ 11%। ਹਾਂ ਕੀ ਇਹ ਕੁਛ ਹੈਗਾ? ਇਹ 11 ਕੁਛ ਹੈਗਾ ਨੀ, ਲੈ ਜਾ ਕੇ ਮੈਂ ਦੱਸਾਂ ਤੈਨੂੰ ਬਰੀਕ ਆ ਕਿੱਥੇ ਆ ਮੈਨੂੰ। ਉਹ ਨਹੀਂ ਆਹ ਇਹ ਉਹ ਹਿੰਦੀ ਚ ਵੀ ਹੈਗਾ, ਇਹ ਉਹੀ ਹੈ। ਅੰਕਲ ਹੈਗਾ 2 ਸਾਲ ਤਾਂ ਤੇਲਾ ਤਾਂ ਹੈ ਨੀ ਬਾਈ, ਤੇਲਾ ਹੈਗਾ ਬਾਈ, ਤੇਲਾ ਹੈਗਾ ਬਾਈ। ਅੰਕਲ ਤੇਰੇ ਤੇਲਾ ਹੈਗਾ, ਮੇਰੇ ਤੇਲਾ ਨੀ ਹੈਗਾ। ਇੰਨਾ ਤੇਲਾ ਹੈ, ਹੈ ਨੀ ਤੇਲਾ, ਤੇਲਾ ਹੈਗਾ ਕਹਿੰਦੇ। ਚਲੋ ਵੀ ਚਲੋ ਤੇਲਾ ਚੱਕ ਦੋ, ਲੈ ਮਿੱਠਾ ਪਾਣੀ ਵੀ ਪਿਲਾ ਰਿਹਾ ਕਣਕ ਨੂੰ, ਮਿੱਠਾ ਪਾਣੀ ਮਿੱਠਾ ਪਾਣੀ। ਚਲੋ ਬਾਈ ਰਲਾ ਤੀ ਰੱਖ ਕੇ, ਉਹ ਤਾਂ ਫਾਇਦਾ ਕਿਆ, ਬਹੁਤ ਤਗੜੀ ਦਵਾਈ ਆ, ਲੈ ਲੋੜ ਹੀ ਨਹੀਂ ਯਾਰ। ਕਹਿੰਦਾ ਪਿਕਅਪ ਵੱਧ ਗਈ ਰੇਸ ਘਲਾਤੀ ਦੀ, ਤਾਂ ਉਹਨੇ ਉਹ ਕਰਿਆ ਕਿਹੜਾ, ਟਰੱਕ ਕੱਢਦੇ ਹੀ ਆਏ ਸੀ ਉਹਨੇ, ਹਲ ਵੀਡੀਓ ਪਾਈ ਦੇ ਪੰਜਾਬ ਨੂੰ, ਲਿੰਕਾਂ ਕੱਢ ਕੇ ਹਲ ਪਾਏ ਦੇ ਪੂਰੇ ਚੜੀ ਬੰਦਰਾਂ, ਗੋਲ ਗੋਲ ਘੁੰਮਦਾ ਥੱਲੇ ਉਤਰਿਆ ਵਾ, ਵਧੀਆ ਚੱਲਦਾ ਪੂਰਾ। ਸਾਰੀ ਬਲ ਬਾਹਰ ਆ ਗਈ ਟੋਟਲੀ ਉਹ ਤਾਂ ਪੱਕ ਜਾਣੀ, ਉਹਨੂੰ ਫਾਇਦਾ ਕਰਕੇ ਕਰ ਦੇਵੇ ਇੱਕ ਹੋਰ ਯਾਰ, 1000 ਰੁਪਏ ਦੀ ਦਵਾਈ ਆਉਣੀ ਚਾਹੀਦੀ। ਕੀ ਗੱਲ ਆ ਸਾਲੀ, ਚਲ ਹੁਣ ਤਾਂ 1000 ਰੁਪਏ ਜਾਸਤੀ ਆਉਣੀ, ਪਹਿਲਾਂ ਹੋਇਆ ਠੀਕ ਹੈ ਜੀ, ਨਾ ਪਾਇਓ ਕੱਲੀ ਇਹ ਕਰ ਦਿਓ ਪਹਿਲੇ ਦੀ ਤਾਂ ਜੱਗੇ ਪਤਾ ਕਰਕੇ, ਇੱਕ ਲੱਖ ਨੇ ਸਿਰ ਜਿਹੜੀ ਮਾੜੀ ਮੋਟੀ ਬੱਲ ਪਾ ਦੇ ਉਹਨੂੰ ਬਾਹਰ ਮਾਰ ਨਿਕਲ, ਬੱਲ ਹੈ ਨਹੀਂ ਸਾਰੀਆਂ ਦੇਖ ਲਈ ਅਸੀਂ।
ਇੱਕ ਬਲ ਵੀ ਨਹੀਂ ਰਹੀ ਵਿੱਚ ਬੜੇ ਖੇਤ ਮੈਂ ਦੇਖੇ ਜੀ ਮੋਟਾ ਕਰਦੀ ਆ ਉਹ ਬਹੁਤ ਤਰ੍ਹਾਂ ਵਧੀਆ ਦਵਾਈ ਆ ਉਹ ਚੱਲ ਦੇਖ ਲੈ ਦਾਤ ਨਹੀਂ ਫੋਨ ਆਇਆ ਤਾਂ ਕਰਾਈ ਗੱਲ ਕੀ ਕਰੀ ਉਹਦੇ ਨਾਲ ਗੱਲ ਕਰੀ ਗੱਲ ਉਹਦੇ ਨਾਲ ਹਾਂ ਕਹਿੰਦਾ 20 ਤਰੀਕ ਨੂੰ ਫੋਨ ਨਾ ਕਰੀ ਬਾਰ ਬਾਰ 20 ਤਰੀਕ ਨੂੰ ਪਾ ਦੇਣੇ ਅੱਛਾ ਪਾਦਰੇ ਜ਼ਿਆਦਾ ਬਾਈ ਕੰਮ ਨਹੀਂ ਕਰ ਰਿਹਾ ਇਹ ਹੈਗੀ ਸਪਰੇ ਬਾਈ ਕ੍ਰਿਸਟਲ ਕੰਪਨੀ ਦੀ ਆ ਦੇਖੋ ਕ੍ਰਿਸਟਲ ਕ੍ਰਿਸਟਲ ਪਿਸਟਲ ਪਿਸਟਲ ਰਿਵਾਲਵਰ ਸਾਰੇ ਕੰਮ ਛੱਡ ਕੇ ਮੈਂ ਸਪਰੇ ਕਰਦੀ ਹੋਰ ਪਾਸੇ ਹਲ ਜਾਣਾ ਗੰਨਾ ਗੁੰਨਾ ਵੇਚਣਾ ਇਹ ਜ਼ਰੂਰੀ ਕੰਮ ਆ ਉਹ ਲੇਟੇ ਗਈ ਪੰਜ ਚਾਰ ਦਿਨ ਕਾਤੇ ਅੱਜ ਚਾਰ ਦਿਨ ਪਹਿਲਾਂ ਕਰਕੇ ਪੰਜ ਸੱਤ ਦਿਨ ਤੱਕ ਇੱਕ ਹੋਰ ਕਰਨੀ ਦਿੱਤੀ ਚੱਲ ਹੁਣ ਵੀ ਕੁਛ ਨਹੀਂ ਨਾ ਹੁਣ ਵੀ ਫਿਰ ਸ਼ਾਮ ਹੋ ਗਿਆ ਟਾਈਮ ਠੀਕ ਆ ਹਾਂ ਸਹੀ ਟਾਈਮ ਆ ਹੁਣ ਲੱਗ ਗਿਆ ਨਾ ਇਸ ਤੋਂ ਬਾਅਦ ਜੋ ਹੈ 10 ਦਿਨ ਕੇ ਬਾਅਦ ਮੈਂ ਵੀ ਇੱਕ ਕਰਾਏਗਾ ਤੋ ਵੀ ਕੋਈ ਫਰਕ ਨਾ ਹੋਊਗਾ 10 ਦਿਨ ਤਾਂ ਕਰਨੀ ਕਰਨੀ ਹੈ 10 ਦਿਨ ਕਰ ਦੋਗੀ ਅਸਰ ਇਹ ਹਾਂ 10 ਦਿਨ ਕਾ ਹਫਤਾ ਦਾ 10 ਦਿਨ ਕੱਢ ਦੇਗਾ ਹਫਤਾ ਤਾਂ ਲਿਖੇ ਜਾਣਾ ਮਹੀਨੇ ਪੈ ਜਾਣਾ 4 ਦਿਨ ਤਾਂ ਮੀਂਹ ਆ ਸਾਲਾ ਮਹੀਨੇ ਦਾ ਤੋ ਰਹਿਣਾ ਫੇ ਸਾਰਾ ਕੁਛ ਇਹ 18 ਦਿਨ ਸ਼ੁਰੂ ਆ ਚਲੋ ਵੀ ਚਲੋ 19 20 21 22 4 ਦਿਨ ਮੀਂਹ ਜਿਹੜਾ ਰਸਤਾ ਵਧੀਆ ਤੁਹਾਡਾ ਜਾਣ ਨੂੰ ਇੰਨੇ ਨੂੰ ਤਰੀਕ ਆ ਗਈ ਪਹਿਲਾਂ ਗਿੱਲੇ ਹੋਏ ਵੇ ਸਾਰੇ ਇਹ ਕੱਪੜੇ ਗਿੱਲੀ ਨਾ ਉਸ ਪਈ ਵੀ ਕਣਕ ਹੈ ਵੀ ਜਦੋਂ ਓ ਯਾਰ ਧਾਤੀ ਦਾ ਗਾਰਾ ਉਰੇ ਗਾ ਸੁੱਕ ਪਾਣੀ ਲਾਉਣਾ ਕਰ ਤੈ ਸਾਰਾ ਹੁਣ ਜੇ ਮੀਂਹ ਨਾ ਪਿਆ ਫੇ ਇੱਕ ਪਾਣੀ ਲੱਗੂਗਾ ਨਹੀਂ ਅਜੇ ਨਹੀਂ ਪੈਣਾ ਮੀਂਹ ਹਲੇ ਨਹੀਂ ਉਹ ਵੀ 20 ਦਿਨ ਤੱਕ ਪਾਣੀ ਜੇ ਆ 4 ਦਿਨ ਗੱਟਮਾ ਮੀਂਹ ਪਏਗਾ ਪੱਕੇ ਫੇ ਨਹੀਂ ਫੇ ਤਾਂ ਪੱਕ ਗਈ ਫੇ ਨਾ ਹੁਣ ਪਾਣੀ ਕਿੰਨੇ ਪਾਣੀ ਲਾਏ ਉਰੇ ਕੋਈ ਵੀ ਨਹੀਂ ਇੱਕ ਲੱਤ ਜੀ ਇੱਕ ਲੱਗ ਗਿਆ ਤੂੜੀ ਐਸੇ ਕੀ ਬੜਾ ਛੱਡ ਚਲੋ ਜਗ੍ਹਾ ਬਣਾਉਣੀ ਲਓ ਜੀ ਬਾਈ ਤੇਲ ਹੋ ਗਿਆ ਬੰਦ ਤੇ ਤੇਲ ਲੈਣ ਚੱਲਿਆ ਰੌਲਾ ਪੈ ਗਿਆ ਜ਼ਿਆਦਾ ਪੰਪ ਬੰਦ ਪੰਪ ਕਿੰਨੇ ਦਿਨ 2 ਦਿਨ ਕਹਿੰਦੇ ਇਹਨੂੰ ਕਹਿੰਦੇ 2 ਦਿਨ 4 ਵੀ ਹੋ ਸਕਦੇ ਆ ਕਿ ਨਹੀਂ ਤਾਂ ਕਰਕੇ ਕੈਨਾ ਰੱਖੀਆਂ ਬਾਈ 4 ਗੱਡੀ ਦੇ ਵਿੱਚ ਕੈਨ ਮੁੰਡਾ ਹੋਰ ਮੰਗਦਾ ਤਾਂ ਕਹਿੰਦਾ ਜੀ ਹੋਰ ਹੁੰਦੀ ਹੋਰ ਭਰਾ ਲਿਆਉਣੀ ਦੀ ਗੱਡੀ ਐਡੀ ਲੰਬੀ ਆ ਕੈਨਾ ਪਤਾ ਹੀ ਨਹੀਂ ਕਿੱਥੇ ਲੁਕੋ ਲਿਆ ਕਹਿੰਦਾ ਪਿੱਛੇ ਹੈਗੇ ਹੈਗੇ ਦੇਖ ਗਈਆਂ ਬਾਈ ਦੇਖ ਗਈਆਂ ਕੈਨਾ ਤਾਂ ਇਹਦੇ ਵਿੱਚ 10 ਹੋਰ ਆ ਜਾਣੀ ਹਾਂ ਬਹੁਤ ਸਾਰੇ ਬੰਦੇ ਤੇ ਸਾਡੇ ਬਾਈ ਲਾਗ ਮਨਸੂਏ ਪਿੰਡ ਦੇ ਥੋੜਾ ਪਿੱਛੇ ਭੋਲ ਦੇ ਲੱਗ ਪੈ ਜਾਂਦਾ ਪੰਪ ਉੱਥੇ ਦੇ ਪੋ ਕੇ ਲਿਆਉਂਦੇ ਨੇ ਆਪਾਂ ਉਹੀ ਲੋਡ ਪੈਂਦਾ ਹੈ ਬਾਕੀ ਆਏ ਆ ਬਾਈ ਇਕੱਠੇ ਤੇਲ ਤੇਲ ਮਾ ਬਰਕਤ ਵੀ ਹੈਗੀ ਆ ਥੋੜੇ ਤੇਲ ਮਾ ਬਰਕਤ ਨਹੀਂ ਹੈਗੀ ਪਹਿਲਾਂ ਵੀ ਆਪਾਂ 100 ਲੀਟਰ ਲਏ ਤੇ ਲੱਗ ਗਏ ਲਿਖੇ ਪਤਾ ਹੀ ਲੱਗਿਆ 100 ਲੀਟਰ ਤੇ ਹੁਣ ਫਿਰ ਚੱਲੇ ਆ ਤਕਰੀਬਨ ਬਾਈ 30% ਬੰਦਿਆਂ ਨੂੰ ਪਤਾ ਵੀ ਪੰਪ ਬੰਦ ਹੋਣੇ ਨਹੀਂ ਪਤਾ ਨਹੀਂ ਹਲੇ ਰੌਲਾ ਨਹੀਂ ਹੈਗਾ ਇਹਨਾਂ ਤਾਂ ਪੌਕੇ ਬਾਰੇ ਪਤਾ ਲੱਗਣਾ ਕਿਉਂ ਪਤਾ ਹੋਣੇ ਜਾਂ ਨਹੀਂ ਹੋਣੇ ਕਿਉਂਕਿ ਬਾਈ ਸਵੇਰੇ ਅਸੀਂ ਮੋਟਰਸਾਈਕਲ ਮਾ ਤੇਲ ਪਾ ਕੇ ਲਿਆ ਪੰਪ ਵਾਲੇ ਨੇ ਖੁਦ ਕਿਹਾ ਸਾਨੂੰ ਕੱਲੇ ਪਤਾ ਲੱਗ ਗਿਆ ਪੰਪ ਵਾਲਾ ਬਾਈ ਕਹਿੰਦਾ ਵੀ 2 ਦਿਨ ਦੀ ਹੜਤਾਲ ਹੈ ਵੀ ਆਪਣਾ ਤੇਲ ਪਵਾ ਲਓ ਉੱਥੇ ਇੱਕ ਸਕੂਟਰ ਵਾਲਾ ਬਾਈ ਪਵਾ ਰਿਹਾ ਤਾਂ ਉਹਨੇ ਪਵਾਇਆ 50 ਦਾ ਕਹਿੰਦਾ ਬਾਈ 2 ਦਿਨ ਹੜਤਾਲ ਕਰਾ ਬਹੁਤ ਹੈ ਸਹੀ ਗੱਲ ਆਈ ਹੋਈ ਆ 50 ਦਾ ਤੇਲ ਸਕੂਟਰ ਮੈਂ ਪਹਿਲੀ ਵਾਰ ਦੇਖਿਆ ਜਿਹਨੂੰ ਪਾਉਂਦਾ ਬੰਦਾ ਸਟਾਰਟ ਕਰਕੇ ਬੰਦ ਕਰ ਦੇਗਾ ਬਾਈ ਇਹ ਜਿਹਾ ਕੰਮ ਹੋ ਗਿਆ ਤਾਂ ਬਾਕੀ ਬਾਈ ਪਹੁੰਚ ਗਏ ਪੰਪ ਦੇ ਨੇੜੇ 7 ਮਤਲਬ ਕਿਲੋਮੀਟਰ ਪੈ ਜਾਂਦਾ ਨਾ ਆਪਣੇ ਕਿਲੋਮੀਟਰ ਮਤਲਬ ਠੀਕ ਹੈ ਬਾਈ ਸਾਨੂੰ ਪੰਪ ਦੀ ਲੋੜ ਤੇ ਸਾਡੇ ਏਰੀਏ 'ਚ ਪੰਪ ਲੱਗ ਗਿਆ ਆਪਣੇ ਏਰੀਏ 'ਚ ਪੰਪ ਨਹੀਂ ਸਾਨੂੰ ਰੋਪੜ ਮਿਲਦਾ ਤਾ ਜਾਂ ਬੇਲੇ ਵਾਲੀ ਸਾਈਡ ਨੂੰ ਹੁਣ ਸਾਨੂੰ ਪੰਪ ਦੀ ਮੌਜ ਹੋ ਗਈ ਬਾਈ ਆਪਣਾ ਕੋਲ ਤੇ ਤੇਲ ਪਾ ਲਿਆਈਦਾ ਹੈ ਟੈਨਸ਼ਨ ਫਰੀ ਹੈ ਲੈ ਬਾਈ ਪਹੁੰਚ ਗਏ ਪੰਪ ਕੋਲ ਬਾਕੀ ਇਹਨਾਂ ਨੂੰ ਵੀ ਪੁੱਛ ਲੈਂਦੇ ਵੀ ਕਿਆ ਸਿਸਟਮ ਬੰਦ ਹੋਣਾ ਜਾਂ ਨਹੀਂ ਹੋਣਾ ਨਹੀਂ ਹਾਂ ਨਾ ਇਹ ਵੀ ਦਊਂਗੇ ਗੱਡੀ ਆਈ ਵੀ ਆ ਤੇਲ ਦੀ ਉਰੇ ਵੀ ਲਾਦਾ ਗਾ ਮਜ਼ਾ ਆਊਗਾ ਲਓ ਜੀ ਬਾਈ ਕੈਨਾ ਕੱਢ ਲਈਆਂ
ਸਿੰਨੂ 2-2 ਹਜ਼ਾਰ ਦਾ ਆਉਣਾ ਸਾਰੀਆਂ ਮਾਂ ਕਿੰਨੇ ਲੀਟਰ ਦੀ ਉਦਾਂ ਕਿ 20 ਦੀ ਉਹ 26 ਲੀਟਰ ਖਪਾਉਣ ਲੱਗੇ ਔਖਾ ਹੁੰਦਾ ਤੇ ਅੱਛਾ ਉਦਾਂ 26 ਲੀਟਰ ਦੀ ਆ ਬਾਈ ਤੇ 20-20 21 ਲੀਟਰ ਆ ਜਾਣਾ ਤੇਲ 2-2 ਹਜ਼ਾਰ ਦਾ ਪਾ ਲੈਣਾ ਜੀਰੋ ਸੈੱਟ ਹੈ ਜੀ ਲਾ ਮੇਰੇ ਕੋਲ ਰਾਈਟਰਾਂ 'ਚ ਪਾ ਕੇ ਫਿਰ ਖਾਲੀ ਕਰਕੇ ਲਿਆਉਣੀ ਉਹਦਾ ਕੰਮ ਖਰਾਬ ਹੋ ਜਾਂਦਾ ਫਿਰ ਲੈ ਡਿੱਗੀ ਉਹ ਬਹੁਤ ਵੱਡੀ ਇਹਦਾ ਪਿੱਛੇ ਯਾਰ ਚਾਰ ਬੰਦੇ ਵੱਢ ਕੇ ਲੈ ਜਾ ਲੱਦ ਕੇ ਸਿੰਧੂ ਨੇ ਕੈਸ਼ ਦੇ ਦਿੱਤਾ ਬਾਈ ਇੱਧਰ ਤੇ ਕੈਨਾ ਰੱਖਣੀ ਆ ਵਿੱਚ ਦੇਖੋ ਸਿੰਧੂ ਕੈਨਾ ਰੱਖਣੀ ਆ ਬਸ ਠੀਕ ਆ ਚੱਲ ਫਿਰ ਇਹ 8,000 ਦਾ ਇੱਕ ਪੈ ਗਿਆ 500 ਦਾ ਗੱਡੀ 8,500 ਸ਼ਾਫਟ ਆਵਾਜ਼ ਕਰਦੀ ਹੈ ਮੁੰਡਾ ਕਹਿੰਦਾ ਦੇਖਣੀ ਵੀ ਕਿਆ ਚੀਜ਼ ਆਵਾਜ਼ ਕਰਦੀ ਹੈ ਕਿੱਥੇ ਖੜਾਈ ਦੇਖੋ ਬਾਈ ਉਹ ਰੁੜਦੀ ਹੈ ਸਿੰਧੂ ਹੈਂਡ ਬ੍ਰੇਕ ਲਾ ਮੜੀ ਉਹ ਚੈੱਕ ਕਰਦੇ ਵੀ ਥੱਲੇ ਲੱਗਦੀ ਕਿ ਨਹੀਂ ਉਹ ਪਿੱਛੇ ਨੂੰ ਰੁੜਦੀ ਹੈ ਲਓ ਜੀ ਸਿੰਧੂ ਬਾਈ ਥੱਲੇ ਵੜ ਗਿਆ ਗੱਡੀ ਦੇ ਗੱਡੀ ਦੇਖੋ ਕਿੱਦਾਂ ਲਾਈ ਬਾਈ ਸੜਕ ਪਰ ਉਹਨੇ ਹੈ ਤਾਂ ਗੁੰਡਾ ਗੁੰਡੇ ਵਾਲੀ ਹੈ ਨਾ ਗੱਡੀ ਇਹ ਗੁੰਡਾ ਰਾਜ ਵਾਲੀ ਦੇਖਤਾ ਸੀ ਕਿੱਧਰ ਗੱਡੀ ਫੋਰਮੈਨ ਚੈੱਕ ਕਰ ਗੱਡੀ ਨੂੰ ਸਾਰੇ ਕੋ ਫੋਰਮੈਨ ਆਹੋ ਵੱਖ ਖੜਾ ਖੜਾ ਗੁੜ ਗੁੜ ਰਹੇ ਏਕੜੀ ਕਰਦੇ ਹੁੰਦੇ ਫੋਰਮੈਨ ਜਾ ਥੱਲੇ ਇਹ ਪੱਗ ਨਸਲ ਹੈ ਪੱਗ ਹੈ ਬਾਈ ਸਿੰਧੂ ਨੂੰ ਫੜ ਲਓ ਏ ਸਿੰਧੂ ਹੈ ਕੋ ਲੱਭਿਆ ਹੇਠਾਂ ਕੁਛ ਨੀ ਸਮਝ ਲੱਗਦਾ ਬਾਈ ਭਰਾਵਾ ਰੋੜ ਨਾ ਜਾਵੇ ਦੇਖ ਕੇ ਉਹ ਮੈਨੂੰ ਤਾਂ ਐਂਦਾ ਮੈਂ ਇਹਦੇ ਕਿਤੇ ਮੁੱਲੇ ਟਾਇਰ ਜ਼ੋਰ ਮਾਰਦੇ ਛਾਵੜ ਪਾਈ ਵੇ ਛਾਵੜ ਹੈ ਪਿਛਲੇ ਟਾਇਰ ਹਾਂ ਉਹ ਖੜਕਦਾ ਇਹਦਾ ਕਿਹੜੇ ਖੜਕਦੀ ਹੈ ਆ ਦੇਖ ਵੱਢਣੀ ਇਹ ਹਾਂ ਆ ਤਾਂ ਕਰਦੀ ਦੀ ਹੈ ਭਾਂਡੇ ਖੜਕਦੇ ਬਾਈ ਗੱਡੀ ਦੇ ਆ ਖੜਕਦੇ ਚੱਲ ਵੀ ਮੁੰਡਿਆ ਪਿਛਲੇ ਟਾਇਰ ਕੰਮ ਕਰਦੇ ਬਾਈ ਗੱਡੀ ਦੇ ਕਿੱਦਾਂ ਟਾਇਰ ਕਰਦਾ ਇੱਕ ਟਾਇਰ ਕੰਮ ਕਰਦਾ ਇੱਧਰ ਵਾਲਾ ਸਲਿੱਪ ਮਾਰਦਾ ਇਹਦੀ ਚੜ੍ਹਦੀ ਟੇਢੀ ਚੜਾ ਆਏ ਨੂੰ ਉਹ ਨਹੀਂ ਟੇਢੀ ਚੜਾ ਸਿੱਧੂ ਔਖਾ ਹੋ ਗਿਆ ਦਬਦੀ ਨੀ ਦੇਤਾ ਸੀ ਮਿੱਟੀ ਮਾਰਦੀ ਕੱਢ ਕੱਢ ਜੱਗਾ ਬਾਹ ਦੇਖ ਲੈ ਡਾਊਨਰੇਜ ਪਰ ਹੈ ਉਹ ਸਿੱਧੂ ਕਿੱਧਰ ਨੂੰ ਚੜਾਉਂਗਾ ਅੱਛਾ ਵਜ੍ਹਾ ਨੀ ਹੈਗਾ ਉਹ ਟੇਢੀ ਲਿਆ ਏ ਪੰਗਾ ਹੀ ਲੈ ਲਿਆ ਬਾਈ ਤਾਰ ਕੇ ਦੂਆ ਗੇਰ ਲਾ ਕੇ ਚੜਾਉਂਗਾ ਮੁੰਡਾ ਹੁਣ ਆ ਦੇਖੋ ਬਾਈ ਇੱਧਰ ਰੂਟਾ ਮੀਟਰ ਤੇ ਚੈੱਕ ਹੋ ਰਿਹਾ ਮਿੱਟੀ ਕਿਹੜੇ ਹਿਸਾਬ ਨਾਲ ਤੁਰਦੀ ਮੂਹਰੇ ਕਹਿੰਦੇ ਤੁਰਦਾ ਪੀ ਡੀ ਓ ਚੱਲਦੀ ਨਹੀਂ ਤੀ ਬਾਈ ਚੰਗੀ ਤਰ੍ਹਾਂ ਪਹਿਲਾਂ ਚੱਕਰ ਤੋੜਦਾ ਤਾਂ ਦੇਖੋ ਹੁਣ ਪੀ ਡੀ ਓ ਚੈੱਕ ਕਰਾਤੀ ਜੀ
ਬਾਈ ਨੇ ਸਾਰੇ ਗੇਰਾਂ ਚਲਾ ਕੇ ਦੇਖ ਲਿਆ ਇੱਕ ਵਾਰ। ਮਿੱਟੀ ਦਾ ਦੇਖ ਲੈ।